ਕਿਉਂ? ਅੱਛਾ ਮੈਨੂੰ ਐ ਦੱਸੋ, ਸਾਡੇ ਵਿੱਚੋਂ ਕੋਈ ਪੱਖੀਆਂ ਬਾਰੇ ਜਾਣਦਾ ਹੈ? ਹਾਂ ਜੀ। ਅੱਛਾ ਤੇ ਮੈਨੂੰ ਦੱਸੋ, ਤੇ ਉਹ ਕਿਹੜਾ ਪੱਖੀ ਹੈ ਜਿਹੜਾ ਉੱਡ ਨਹੀਂ ਸਕਦਾ? ਜੀ ਪਿੰਜਰੇ ਮੇਂ ਬੰਦ ਪੱਖੀ। ਉਹ ਬਦਤਮੀਜ਼ੋ, ਪੜ੍ਹਨਾ ਸ਼ੁਰੂ ਕਰ ਦੋ, ਪੇਪਰ ਆਉਣ ਵਾਲੇ ਹੈ। ਓ ਮੈਡਮ ਜੀ, ਮੈਂ ਬੜਾ ਪੜ੍ਹਦਾ, ਤੁਸੀਂ ਮੇਰੇ ਤੋਂ ਕੁਛ ਵੀ ਪੁੱਛ ਲਓ। ਅੱਛਾ ਹੁਣ ਮੈਨੂੰ ਇਹ ਦੱਸੋ ਕਿ ਤਾਜ ਮਹਿਲ ਕਿੰਨੇ ਬਣਵਾਇਆ? ਜੀ ਮਿਸਤਰੀ ਨੇ। ਅਰੇ ਮੇਰਾ ਮਤਲਬ ਹੈ ਕਿ ਕਿੰਨੇ ਬਣਵਾਇਆ? ਠੇਕੇਦਾਰ ਨੇ ਬਣਵਾਇਆ ਹੋਏਗਾ। ਓਹੋ, ਕੀ ਕਰਾਂ ਮੈਂ ਇਹਨਾਂ ਬੱਚਿਆਂ ਦਾ ਤੇ। ਚਲੋ ਛੱਡੋ, ਹੁਣ ਮੈਨੂੰ ਇਹ ਦੱਸੋ ਤੁਸੀਂ, ਅੱਜ ਕੱਲ੍ਹ ਨਾ ਸਾਫ ਸਫਾਈ ਦਾ ਬੜਾ ਅਭਿਆਨ ਚੱਲ ਰਿਹਾ ਹੈਗਾ ਦੇਸ਼ ਦੇ ਵਿੱਚ, ਤੇ ਲੈਟਰਿੰਗ ਕਿਹਦੇ ਕਿਹਦੇ ਘਰ ਬਣੀ ਹੋਈ ਹੈ? ਜੀ ਮੇਰੇ ਘਰ ਬਣੀ। ਮੈਡਮ ਜੀ ਸਾਡੇ ਘਰ ਸਬਜ਼ੀ ਬਣੀ ਆ, ਲੈਟਰਿੰਗ ਨਹੀਂ। ਅੱਛਾ ਦਲਜੀਤ, ਹੁਣ ਤੂੰ ਮੈਨੂੰ ਇਹ ਦੱਸ ਕਿ ਸਮੈਸਟਰ ਐਗਜ਼ਾਮ ਸਿਸਟਮ ਦੇ ਕਿਹੜੇ ਕਿਹੜੇ ਫਾਇਦੇ ਨੇ? ਮੈਡਮ ਜੀ ਸਮੈਸਟਰ ਦਾ ਤਾਂ ਮੈਨੂੰ ਪਤਾ ਨਹੀਂ, ਪਰ ਸਾਲ ਵਿੱਚ ਦੋ ਵਾਰ ਬੇਇੱਜ਼ਤੀ ਜ਼ਰੂਰ ਹੋ ਜਾਂਦੀ ਹੈ। ਅੱਛਾ ਹੁਣ ਮੈਨੂੰ ਤੁਸੀਂ ਇਹ ਦੱਸੋ ਕਿ ਦੋ ਵਿੱਚੋਂ ਦੋ ਗਏ ਤੇ ਕਿੰਨੇ ਬਚੇ? ਉਹ ਸਮਝ ਵਿੱਚ ਨਹੀਂ ਆਇਆ ਮੈਡਮ ਜੀ। ਅੱਛਾ ਸੋਚੋ, ਤੁਹਾਡੇ ਕੋਲ ਦੋ ਰੋਟੀਆਂ ਹੈ, ਦੋ ਰੋਟੀਆਂ ਤੁਸੀਂ ਖਾ ਲਈ ਤੇ ਕਿੰਨੀ ਬਚੀ? ਉਹ ਮੈਡਮ ਜੀ ਸਬਜ਼ੀ, ਹੋਰ ਕੀ। ਤੁਸੀਂ ਤਾਂ ਨਾ ਸਾਰਾ ਦਿਨ ਸਾਰੇ ਨਲਾਇਕ ਹੀ ਰਹਿਣਾ, ਬਹਿ ਜਾ ਥੱਲੇ। ਅੱਛਾ ਬਲਜੀਤ, ਹੁਣ ਮੈਨੂੰ ਇਹ ਦੱਸ ਕਿ ਸ਼ੇਰ ਬੱਚੇ ਦਿੰਦਾ ਹੈ ਜਾਂ ਅੰਡੇ ਦਿੰਦਾ ਹੈ? ਦਲਜੀਤ ਕਿੱਥੇ ਫਸ ਗਿਆ ਅੱਜ ਤੂੰ? ਇਹ ਸਵਾਲ ਦਾ ਤੇ ਤੈਨੂੰ ਜਵਾਬ ਹੀ ਨਹੀਂ ਪਤਾ, ਹੁਣ ਕੀ ਕਰਾਂ? ਪਰ ਜਵਾਬ ਤੇ ਤੈਨੂੰ ਦੇਣਾ ਹੀ ਪੈਣਾ ਪੁੱਤਰਾ। ਓ ਮੈਡਮ ਜੀ, ਸ਼ੇਰ ਤੇ ਜੰਗਲ ਦਾ ਰਾਜਾ ਹੁੰਦਾ ਹੈ, ਉਹ ਭਾਵੇਂ ਆਂਡੇ ਦੇ ਭਾਵੇਂ ਬੱਚੇ ਦੇ, ਇਹ ਤੇ ਉਹਦੀ ਮਰਜ਼ੀ।